ਬੇੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਇਹ ਦਾ ਸਮਾਂ ਦੱਸੇਗਾ ਲੋ ਪੰਡਾਲ ਦੋਨੇ ਦੇ ਸੁੱਖੇ ਦਾ ਨਾਮ ਵੱਡਾ ਕਬੱਡੀ ਦੀ ਦੁਨੀਆ ਦੇ ਵਿੱਚ ਕਹਿੰਦੇ ਲੋ ਉਸੇ ਦਾ ਪੇਂਡੂ ਹੈ ਸ਼ਿਵ ਪੰਡਾਲ ਵਾਲਾ ਟਰਾਈ ਕਰਦਾ ਪਰ ਪੁਆਇੰਟ ਜਿਹੜਾ ਧਾਵੀ ਦਾ ਇੱਕ ਨੈਣੇਵਾਲ ਪਿੰਡ ਕਹਿੰਦੇ ਭਦੌੜ ਦੇ ਕੋਲੇ ਹੈ ਸਹਿਣੇ ਦਾ ਇਲਾਕਾ ਝਾਂਜਰ ਜਿੱਥੋਂ ਦੀ ਤੇ ਚਾਤੀ ਕਹਿੰਦੇ ਦੁਨੀਆ ਵਿੱਚ ਪ੍ਰਸਿੱਧ ਹੈ ਪਰ ਆਹ ਮੁੰਡੇ ਦਾ ਕਹਿੰਦੇ ਨੈਣੇਵਾ ਪਿੰਡ ਹੈ ਗੜ ਸ਼ੰਕਰ ਦਾ ਇਲਾਕਾ ਹੁਸ਼ਿਆਰਪੁਰ ਜ਼ਿਲ੍ਹਾ ਤੇ ਪਾਈ ਹੋਈ ਕਬੱਡੀ ਹੈ ਸੋਹਣਾ ਸਟਾਈਲ ਹੈ ਤੋਤਾ ਨਾਮ ਹੈ ਨੈਣਵਾ ਵਾਲਾ ਤੋਤਾ ਆਪਣੀ ਟੀਮ ਦੇ ਵੱਲੋਂ ਪਹਿਲੀ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਧੀਰਾ ਤੇ ਦੋ ਨੰਬਰ ਦੇ ਮੁੰਡੇ ਨੇ ਕਹਿੰਦੇ ਗਿੱਟੇ ਫੜਨ ਦੀ ਟਰਾਈ ਕੀਤੀ ਹੈ ਪਰ ਪੁਆਇੰਟ ਜਿਹੜਾ ਧਾਵੀ ਦਾ ਜਦੋਂ ਤੁਰੀਏ ਨਾ ਆਪਾਂ ਕਹਿੰਦੇ ਝੋਲਡਾ ਤੋਂ ਤੇ ਬੱਸੀਆਂ ਆ ਜਾਂਦਾ ਹੈ ਬੱਸੀਆਂ ਤੋਂ ਲਾਗੇ ਕਰਕੇ ਕਹਿੰਦੇ ਰਾਏਕੋਟ ਆ ਜਾਂਦਾ ਹੈ ਤੇ ਰਾਏਕੋਟ ਦੇ ਜਦੋਂ ਭਾਈ ਸਰਦਾਰ ਹਰੀ ਸਿੰਘ ਨਲੂਆ ਚੌਂਕ ਤੋਂ ਸਿੱਧੇ ਜਾਈਏ ਤਾਂ ਸੰਦੌੜ ਹੈ ਧੂਰੀ ਤੇ ਮਰੇਲਕੋਟਲਾ ਮਰੇਲਕੋਟਲੇ ਤੋਂ ਖੱਬੇ ਪਾਸੇ ਸੜਕ ਜਾਂਦੀ ਹੈ ਤੇ ਉਹ ਮੰਦੇਵੀ ਨੂੰ ਜਾਂਦੀ ਹੈ ਲੋ ਉਹਨਾਂ ਮੁਸਲਿਮ ਭਾਈਚਾਰੇ ਦੇ ਨਾਂ ਤੇ ਵਸਿਆ ਹੋਇਆ ਸ਼ਹਿਰ ਉਹਦੀ ਕੁੱਖ ਵਿੱਚ ਵਸਿਆ ਪਿੰਡ ਹੈ ਮੰਦੇਵੀ ਜੱਸੀ ਦਾ ਪਿੰਡ ਹੈ ਲੋ ਮੰਦੇਵੀ ਵਾਲਾ ਜੱਸੀ ਕਬੱਡੀ ਪਾ ਕੇ ਵਾਪਸ ਆਇਆ ਲੋ ਅਗਲੀ ਕਬੱਡੀ ਮੈਦਾਨ ਦੇ ਵਿੱਚ ਫੱਕਰ ਝੰਡਾ ਕਹਿੰਦੇ ਹੱਥ ਤੇ ਵਸਿਆ ਪਿੰਡ ਹੈ ਮਾਨਸੇ ਦਾ ਲਾਸਟ ਪਿੰਡ ਹੈ ਮਾਨਸੇ ਦਾ ਹੀ ਕਹਿੰਦੇ ਸੁੱਚਾ ਯੱਕ ਹੋਇਆ ਸਮਾਓ ਪਿੰਡ ਦਾ ਸੁੱਚਾ ਸੂਰਮਾ ਜਿਹਦੀ ਗਾਥਾ ਕਹਿੰਦੇ ਗੀਤਾਂ ਵਾਲੇ ਵੀ ਗਾਉਂਦੇ ਆ ਤੇ ਬੋਲੀਆਂ ਵਿੱਚ ਵੀ ਚੱਲਦੀ ਹੈ ਸੁੱਚੇ ਸੂਰਮੇ ਦੇ ਕਿੱਸੇ ਲੋ ਉਸੇ ਦਾ ਗ੍ਰਾਈ ਉਸੇ ਦੇ ਇਲਾਕੇ ਦਾ ਇਹ ਨੌਜਵਾਨ ਫੱਕਰ ਝੰਡੇ ਵਾਲਾ ਕਮਲ ਕਬੱਡੀ ਪਾ ਰਿਹਾ ਚਾਰਾਂ ਜਾਫੀਆਂ ਦੇ ਵਿੱਚ ਉਹ ਕਪੂਰਥਲੇ ਆ ਧੀਰਾ ਤਲਵੰਡੀ ਵਾਲਾ ਟਰਾਈ ਕਰਦਾ ਤੇ